ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਤੁਹਾਡੇ ਲਈ ਅੱਜ ਲੈ ਕੇ ਆਇਆ ਹਾਂ ਜੀ ਵੀਡੀਓ ਜੋ ਕਿ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਧਰਮ ਸਥਾਨ ਖੁਰਾਲਗੜ੍ਹ ਦੀ ਹੈ ਜੀ ਆਪਾਂ ਅੱਜ ਖੁਰਾਲਗੜ੍ਹ ਸਾਹਿਬ ਪਹੁੰਚੇ ਹਾਂ ਜੀ ਤਹਿਸੀਲ ਗੜ ਸ਼ੰਕਰਪੈਂਦੀ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾ ਜਿੱਥੇ ਆਪਾਂ ਪਹੁੰਚੇ ਆ ਜੀ ਉਹਨਾਂ ਦਾ ਤਪ ਸਥਾਨ ਆ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਤਪਸਥਾਨਾ ਜਿੱਥੇ ਉਹਨਾਂ ਨੇ ਇੱਥੇ ਪਰਮਾਤਮਾ ਦੀ ਬੰਦਗੀ ਕੀਤੀ ਸੀ ਜੀ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗੀ ਆ ਜੀ ਪਾਵਨ ਖਰਾਸ ਜੋ ਚੱਕੀ ਦਾ ਇਹ ਆਪਾਂ ਅੱਜ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਆਪਾਂ ਇਸ ਜਗ੍ਹਾ ਦਾ ਇਤਿਹਾਸ ਦੱਸਾਂਗੇ ਜੀ ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਧਰਤੀ ਨੂੰ ਖਰਾਲਗੜ੍ਹ ਦੀ ਧਰਤੀ ਨੂੰ ਭਾਗ ਲਾਏ ਸੀਗੇ ਜੀ ਖੁਦ ਆਪ ਇਸ ਧਰਤੀ ਤੇ ਆਏ ਸੀਗੇ ਜੀ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਖਰਾਲਗੜ੍ਹ ਸਹਿਬ ਖਰਾਲੀ ਡਾਕਖਾਨਾ ਇੱਥੇ ਕਾਲੇਵਾਲ ਪੈਂਦਾ ਜੀ ਤੇ ਕਰੋ ਜੀ ਦਰਸ਼ਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸਾਹਮਣੇ ਤਸਵੀਰ ਦੇ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਯੂਪੀ ਤੋਂ ਬਨਾਰਸ ਕਾਂਕਾਸ਼ੀ ਯੂਪੀ ਤੋਂ ਪੈਦਲ ਲੁਧਿਆਣਾ ਹੁੰਦੇ ਹੋਏ 1515 ਈਸਵੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਸਾਹਿਬ ਖੁਰਾਲੀ ਤਸ਼ਰੀਫ ਲਿਆਏ ਜੀ ਜਿੱਥੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਕਰੋ ਗੁਰੂ ਜੀ ਦੇ ਇਸ ਸਥਾਨ ਤੇ ਪਹੁੰਚਣ ਸਮੇਂ ਜੀ ਉਹਨਾਂ ਦੀਆਂ ਸੇਵਕਾਵਾਂ ਮੀਰਾ ਬਾਈ ਤੇ ਭਾਰਵਤੀ ਵੀ ਜੀ ਉਹਨਾਂ ਦੇ ਨਾਲ ਸਨ ਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ ਤੇ 4 ਸਾਲ 2 ਮਹੀਨੇ 11 ਦਿਨ ਠਹਿਰੇ ਇਸ ਸਮੇ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ ਕਰਦੇ ਰਹੇ ਬਹੁਤ ਸਾਰੇ ਪ੍ਰਾਣੀ ਉਹਨਾਂ ਦੇ ਸੇਵਕ ਬਣ ਗਏ ਜੀ ਗੁਰੂ ਜੀ ਦੀ ਮਹਿਮਾ ਨੂੰ ਵਦਿਆ ਦੇਖ ਕੇ ਉਸ ਸਮੇ ਦਾ ਰਾਜਾ ਬੈਂ ਸਿੰਘ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਿਆ ਜੀ ਰਾਜੇ ਨੇ ਗੁਰੂ ਜੀ ਨੂੰ ਖਾਰਸ ਚੱਕੀ ਚਲਾਉਣ ਦੀ ਸਜ਼ਾ ਦੇਤੀ ਜੀ ਚੱਕੀਆਂ ਚਲਾਉਣ ਦੀ ਸਜ਼ਾ ਦੇਤੀ ਸੀਗੀ ਜੀ ਗੁਰੂ ਜੀ ਨੂੰ ਜਿਨਾਂ ਕੋ ਦੋਸਤੋ ਆਪਾਂ ਨੂੰ ਇਤਿਹਾਸ ਪਤਾ ਜੀ ਆਪਾਂ ਤੁਹਾਨੂੰ ਉਸ ਇਤਿਹਾਸ ਨਾਲ ਜਾਣੂ ਕਰਾ ਰਹੇ ਆਂ ਜੀ ਤੇ ਉਸ ਜਗ੍ਹਾ ਤੇ ਆਪਾਂ ਚਰਨ ਸ਼ੋ ਗੰਗਾ ਜੋ ਸਥਾਨ ਬਣਿਆ ਜੀ ਉੱਥੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਉੱਥੇ ਵੀ ਦਰਸ਼ਨ ਕਰਵਾਉਨੇ ਆਂ ਜੀ ਗੁਰੂ ਜੀ ਅੰਤਰ ਧਿਆਨ ਹੋਏ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ ਜੀ ਖਰਾਸ ਆਪਣੇ ਆਪ ਚੱਲਣ ਲੱਗ ਪਿਆ ਜੀ ਇਹ ਚਮਤਕਾਰੀ ਕੋਤਕ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਜੀ ਰਾਜਾ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਦੇ ਚਰਨੀ ਪੈ ਗਿਆ ਜੀ ਇਸ ਤੋਂ ਬਾਅਦ ਰਾਜਾ ਅਤੇ ਇਲਾਕੇ ਦੀਆਂ ਜਨਤਾ ਨੇ ਗੁਰੂ ਜੀ પાસે ਪਾਣੀ ਦੀ ਘਾਟ ਦੂਰ ਕਰਨ ਲਈ ਬੇਨਤੀ ਕੀਤੀ ਅੰਤਰਾਯਮੀ ਗੁਰੂ ਜੀ ਨੇ ਬੇਨਤੀ ਮਨਜ਼ੂਰ ਕੀਤੀ ਸੰਗਤਾਂ ਨੂੰ ਨਾਲ ਲੈ ਕੇ ਇੱਥੋਂ 3 ਕਿਲੋਮੀਟਰ ਦੂਰ ਡੂੰਗੀ ਖੱਡ ਵਿੱਚ ਜਾ ਕੇ ਸੱਜੇ ਪੈਰ ਦੇ ਅੰਗੂਠੇ ਨਾਲ ਭਾਰੀ ਪੱਧਰ ਪੱਥਰ ਜੀ ਹਟਾ ਦਿੱਤਾ ਇਹ ਪੱਥਰ ਨੂੰ ਜਦੋਂ ਹਟਾਇਆ ਜੀ ਜਿਸ ਨੂੰ ਚਰਨ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਥੋਂ ਗੰਗਾ ਨਿਕਲ ਗਈ ਜੀ ਇਹ ਬਹੁਤ ਹੀ ਪਵਿੱਤਰ ਜਲ ਹੈ ਜੋ 24 ਘੰਟੇ ਨਿਰ ਵਿਗੰ ਚੱਲਦਾ ਰਹਿੰਦਾ ਹੈ ਜੀ ਇਸ ਜਲ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ 200 ਮੀਟਰ ਅੰਦਰ ਧਰਤੀ ਵਿੱਚੋਂ ਨਿਕਲਦਾ ਹੈ ਜੀ ਜੋ ਤੁਹਾਨੂੰ ਮੈਂ ਦਿਖਾਇਆ ਜੀ ਅਤੇ ਇਨ ਇਨਾਂ ਇਹੀ ਥਾਂ ਵਿੱਚ ਲੁਪਤ ਹੋ ਜਾਂਦਾ ਹੈ ਇਸ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪਾਣੀ 11100 ਫੁੱਟ ਡੂੰਘਾ ਵਾਜੀ ਜਿਹੜਾ ਆਲੇ ਦੁਆਲੇ ਦਾ ਖੇਤਰ ਤੁਹਾਨੂੰ ਦਿਖਾ ਰਿਹਾ ਜੀ ਇੱਥੋਂ 11100 ਫੁੱਟ ਪਾਣੀ ਡੂੰਘਾ ਜੀ ਲੇਕਿਨ ਇੱਥੇ ਜਿੱਥੇ ਮੈਂ ਤੁਹਾਨੂੰ ਦਿਖਾਇਆ ਜੀ ਪਾਣੀ ਬਹੁਤ ਉੱਪਰ ਆ ਗੁਰੂ ਘਰ ਦੇ ਪਵਿੱਤਰ ਸਥਾਨ ਤੇ ਜਨਮ ਦਿਹਾੜਾ ਸਰਕਾਰੀ ਛੁੱਟੀ ਵਾਲੇ ਦਿਨ ਨੂੰ ਮਨਾਇਆ ਜਾਂਦਾ ਜੀ ਇੱਥੇ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਵਿਸਾਖੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਜੀ ਇਸ ਪਵਿੱਤਰ ਸਥਾਨ ਤੇ ਸੰਗਤਾਂ ਜੋ ਮੁਰਾਦਾ ਮੰਗਦੀਆਂ ਹਨ ਉਹ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਜੀ ਇਹ ਧਾਰਮਿਕ ਸਥਾਨ ਤੇ ਸੰਗਤਾਂ ਦੇ ਠਹਿਰਨ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਪਹਿਲਾਂ ਵੀਰੇ ਇੱਥੇ ਸਰਾਮਾ ਹੈ ਨਹੀਂ ਸੀ ਕਮਰੇ ਵਗੈਰਾ ਦਾ ਹੁਣ ਵੀਰੇ ਬਹੁਤ ਜ਼ਿਆਦਾ ਪ੍ਰਬੰਧ ਹੋ ਗਿਆ ਕਮਰਿਆਂ ਦਾ ਜੇ ਕਿਸੇ ਸ਼ਰਧਾਲੂ ਨੂੰ ਨੇੜਾ ਵੀ ਹੋ ਜਾਂਦਾ ਵਾ ਤਾਂ ਇੱਥੇ ਕਮਰੇ ਸਰਾਮਾ ਮਿਲ ਸਕਦੀਆਂ ਨੇ ਜੀ ਲੋ ਜੀ ਚਰਨ ਸ਼ੋ ਗੰਗਾ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ ਸੰਗਤੋ ਕਰੋ ਦਰਸ਼ਨ ਤੇ ਆਪਣਾ ਜੀਵਨ ਸਫਲਾ ਕਰੋ ਲੋ ਜੀ ਤੁਸੀਂ ਦੇਖ ਸਕਦੇ ਹੋ ਪਹਾੜਾਂ ਦੇ ਵਿੱਚ ਬਣਿਆ ਹੋਇਆ ਜੀ ਇਹ ਧਾਰਮਿਕ ਸਥਾਨ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣਾ ਪ੍ਰਮਾਤਮਾ ਦੇ ਨਾਲ ਮਿਲਣ ਕਰਿਆ ਜੀ ਪ੍ਰਮਾਤਮਾ ਨੂੰ ਦੀ ਬੰਦਗੀ ਕਰੀ ਲੋ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਿਹਾ ਜੀ ਮੈਂ ਆ ਦੇਖੋ ਜੀ ਥੋੜਾ ਜਿਹਾ ਕੰਮ ਚੱਲ ਰਿਹਾ ਮੈਸਤਰੀਆਂ ਦਾ ਸ਼ੈੱਡ ਪੈ ਗਿਆ ਜੀ ਇਹ ਸ਼ੈੱਡ ਵੀ ਨਵਾਂ ਸ਼ੈੱਡ ਪਿਆ ਜੀ ਤੇ ਸੰਗਤਾਂ ਦਾ ਦੇਖੋ ਭਾਰੀ ਇਕੱਠ ਆ ਜੀ ਟੈਂਪੋਆਂ ਦੇ ਉੱਪਰ ਸੰਗਤਾਂ ਆ ਰਹੀਆਂ ਨੇ ਸ਼ਾਮ ਦਾ ਵੇਲਾ ਜੀ ਤੇ ਲੰਗਰ ਹਾਲ ਦੇਖੋ ਜੀ ਤੁਹਾਨੂੰ ਲੰਗਰ ਹਾਲ ਦਿਖਾ ਦਈਏ ਆਪਾਂ ਇਧਰਲੇ ਪਾਸੇ ਬਿਲਕੁਲ ਸੱਜੇ ਹੱਥ ਲੰਗਰ ਹਾਲ ਆ ਜੀ ਇਸ ਤਪੱਸਥਾਨ ਦੇ ਉੱਤੇ ਤੁਹਾਨੂੰ ਮੈਂ ਲੰਗਰ ਹਾਲ ਦਿਖਾ ਰਿਹਾ ਜੀ ਤੁਸੀਂ ਲੰਗਰ ਹਾਲ ਦੇਖੋ ਤੇ ਲੰਗਰ ਹਾਲ ਚ ਆਪਾਂ ਚਾਹ ਸ਼ੱਕਦੇ ਆਂ ਜੀ ਲੰਗਰ ਦਾ ਵੀ ਇੱਥੇ 24 ਘੰਟੇ ਪ੍ਰਬੰਧ ਆ ਜੀ ਲਓ ਜੀ ਆਪਣਾ ਚਾਹ ਆ ਗਈ ਹੁਣ ਆਪਾਂ ਚਾਹ ਸ਼ੱਕ ਲਈਏ ਤੇ ਦੋਸਤੋ ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਮੈਂ ਰੋਜ਼ ਨਵੀਂ ਵੀਡੀਓ ਜੋ ਲੈ ਕੇ ਆਉਣਾ ਵਾ ਤੁਹਾਨੂੰ ਮੇਰੀਆਂ ਵੀਡੀਓ ਮਿਲਦੀਆਂ ਕਰਨ ਤੇ ਵੀਡੀਓ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਦੋਸਤਾਂ ਨੇ ਉਹ ਲਾਈਕ ਸ਼ੇਅਰ ਕਮੈਂਟ ਵੀਰੇ ਜਰੂਰ ਕਰ ਦਿਆ ਕਰੋ। ਲੋ ਜੀ ਦੇਖੋ ਬਾਹਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਜੀ। ਇਹ ਦੁਕਾਨਾਂ ਇੱਥੇ 12 ਮਹੀਨੇ ਲੱਗੀਆਂ ਰਹਿੰਦੀਆਂ ਨੇ ਜੀ ਬਾਹਰਲੇ ਪਾਸੇ। ਤੁਸੀਂ ਦੇਖ ਸਕਦੇ ਹੋ ਜੀ ਇੱਥੋਂ ਪ੍ਰਸ਼ਾਦ ਸਾਰਾ ਕੁਝ ਮਿਲਦਾ ਜੀ ਦੇਖੋ ਪ੍ਰਸ਼ਾਦ ਲੈ ਸਕਦੇ ਹੋ ਜੀ ਇਸ ਜਗ੍ਹਾ ਦੇ ਉੱਪਰੋਂ ਤੁਸੀਂ ਤੇ ਸਾਹਮਣੇ ਪਾਸੇ ਦੇਖੋ ਜੀ ਜਿਹੜਾ ਸ਼ੈੱਡ ਮੈਂ ਤੁਹਾਨੂੰ ਦਿਖਾ ਰਿਹਾ ਜੀ ਸਾਹਮਣੇ ਨੀਲੇ ਕਲਰ ਦਾ ਇਹ ਜੋੜਾ ਘਰ ਬਣਿਆ ਜੀ ਨਵਾਂ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਬਹੁਤ ਵਧੀਆ ਵੀਰੇ ਇੱਥੇ ਪਹਾੜੀ ਇਲਾਕੇ ਦੇ ਵਿੱਚ ਇਹ ਤਪਸਥਾਨ ਬਣਿਆ ਹੋਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੌਸਮ ਥੋੜਾ ਠੰਡਾ ਬਾਉਰੇ ਜੀ ਗਰਮੀਆਂ ਦੇ ਮਹੀਨੇ ਦੇ ਵਿੱਚ ਵੀ ਪੂਰਾ ਮੌਸਮ ਠੰਡਾ ਬਾਉਰੇ ਜੀ ਦੋਸਤੋ ਇਸ ਜਗ੍ਹਾ ਤੇ ਤੁਸੀਂ ਦਰਸ਼ਨ ਕਰਨ ਜਰੂਰ ਆਇਓ ਦੇਖੋ ਜੀ ਆ ਕਮਰੇ ਵਗੈਰਾ ਸਰਾਵਾਂ ਹੁਣ ਬਣ ਚੁੱਕੀਆਂ ਨੇ ਜੀ ਤੇ ਠਹਿਰਨ ਦਾ ਵੀ ਓਰੇ ਖਾਸ ਪ੍ਰਬੰਧ ਹੈਗਾ ਜੀ ਤੁਸੀਂ ਇੱਥੇ ਰਾਤ ਰੁੱਕ ਵੀ ਸਕਦੇ ਹੋ ਜੀ ਦੋਸਤੋ ਆਪਾਂ ਤੁਹਾਨੂੰ ਕੱਲ ਨੂੰ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲੈ ਕੇ ਚੱਲਾਂਗੇ ਜੀ ਆਪਾਂ ਕੱਲ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਗੁਰਦਿੱਤਾ ਜੀ ਦੇ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੱਲ ਦੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ